ਦਿੱਲੀ ਵਿਖੇ ਪੁਲਿਸ ਵੱਲੋਂ ਇੱਕ ਮਹਿਲਾ ਸਪਾਰੀ ਕਿਲਰ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਮਹਿਲਾ ਦੀ ਖਬਰ ਖੂਬ ਸੁਰਖੀਆਂ ਬਟੋਰ ਰਹੀ ਹੈ, ਜੋ ਕਿ 9 ਮਹੀਨੇ ਤੋਂ ਇਹ ਮਹਿਲਾ ਪੁਲਿਸ ਦੀਆਂ ਅੱਖਾਂ 'ਚ ਰੜਕ ਰਹੀ ਸੀ। ਸੰਗਮ ਬਿਹਾਰ ਦੀ ਪੁਲਿਸ ਦੁਆਰਾ ਇਸ ਮਹਿਲਾ ਨੂੰ ਕਾਬੂ ਕਰ ਲਿਆ ਗਿਆ। ਜਾਣਕਾਰੀ ਮੁਤਾਬਿਕ ਇਸ ਮਹਿਲਾ ਦੇ 8 ਲੜਕੇ ਹਨ, ਜੋ ਕਿ ਇੱਕ ਤੋਂ ਇੱਕ ਵੱਧ ਕੇ ਬਦਮਾਸ਼ ਹਨ। ਮਹਿਲਾ ਦੇ ਪਰਿਵਾਰ ਉੱਤੇ ਕਈ ਕੇਸ ਦਰਜ ਹਨ, ਜੋ ਕਿ ਲੁੱਟ ਖੋਹ, ਫਰੋਤੀ, ਹੱਤਿਆ ਅਤੇ ਗੈਰ ਕਾਨੂੰਨੀ ਢੰਗ ਨਾਲ ਸ਼ਰਾਬ ਵੇਚਣ ਸੰਬੰਧੀ ਕੇਸ ਦਰਜ ਹਨ। ਪੁਲਿਸ ਦੁਆਰਾ ਉਸਨੂੰ ਫੜਨ ਲਈ ਉਸਦੇ ਘਰ ਤੱਕ ਨੂੰ ਸੀਲ ਕਰ ਦਿੱਤਾ ਗਿਆ ਸੀ। ਹੁਣ ਦੇਖਣਾ ਹੋਵੇਗਾ ਕਿ ਇਸ ਮਹਿਲਾ ਦੇ ਗੁਨਾਹਾਂ ਦਾ ਕੀ ਅੰਜਾਮ ਹੋਵੇਗਾ। ਬਿਊਰੋ ਰਿਪੋਰਟ, ਸਾਂਝ ਟੀਵੀ।